ਜਿਹੜਾ ਸਾਡਾ ਮੁੰਡਾ ਪ੍ਰਿਤਪਾਲ ਸਿੰਘ ਖਨੌਰੀ ਬਾਰਡਰ ਤੋਂ ਉੱਥੋਂ ਦੇ ਅਰਧਕ ਸੈਨਿਕ ਫੋਰਸਾਂ ਜਾਂ ਪੁਲਿਸ ਨੇ ਚੱਕ ਕੇ ਰੋਹਤਕ PGI ਕਹਿੰਦਾ ਸੀ, ਆਪਣੀ ਡਿਊਟੀ ਲੱਗੀ ਸੀ ਬਲਦੇਵ ਸਿੰਘ ਸਿਰਸਾ ਸਾਹਿਬ ਦੀ, ਬੜੀ ਮਿਹਨਤ ਕਰਕੇ, ਹੋਰਨਾਂ ਵਕੀਲਾਂ ਨੇ ਵੀ ਸਾਡੀ ਮਿਹਨਤ ਕੀਤੀ ਆ, ਸਾਰਿਆਂ ਮਿਹਨਤ ਕਰਕੇ ਇਹਨੂੰ ਅੱਜ ਚੰਡੀਗੜ੍ਹ ਇੱਥੇ PGI ਰੈਫਰ ਕੀਤਾ। ਮੈਂ ਵੀ ਇੱਥੇ ਪਹੁੰਚਾ, ਸਾਨੀ ਸਾਹਿਬ ਪਹੁੰਚੇ, ਸਿਰਸਾ ਸਾਹਿਬ ਆ, ਉਹਨਾਂ ਦੀ ਮਾਤਾ ਜੀ ਵੀ ਇੱਥੇ ਹੈਗੇ ਨੇ, ਉਹਨਾਂ ਦੇ ਤਾਇਆ ਜੀ ਨੇ, ਉਹਨਾਂ ਦੇ ਭੂਆ ਜੀ ਨੇ, ਭੈਣ ਆ ਉਹਨਾਂ ਦੀ, ਅਤੇ ਸਾਰਾ ਪਰਿਵਾਰ ਇੱਥੇ ਆਇਆ ਹੋਇਆ। ਪ੍ਰਿਤਪਾਲ ਸਿੰਘ ਸਾਨੂੰ ਪੂਰੀ ਆਸਾ ਹੁਣ ਆਉਣ ਵਾਲੇ ਸਮੇਂ 'ਚ ਬਿਲਕੁਲ ਠੀਕ ਹੋਊਗਾ, ਵਧੀਆ ਹੋਊਗਾ। ਅਸੀਂ ਅੱਜ PGI ਡਾਇਰੈਕਟਰ ਨਾਲ ਵੀ ਗੱਲ ਕਰਾਂਗੇ, ਇੱਥੋਂ ਦੇ ਸੁਬਰਡੈਂਟ ਸਾਹਿਬ ਨਾਲ ਵੀ ਗੱਲ ਕੀਤੀ, ਉਹਦਾ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਅਸੀਂ ਵਧੀਆ ਤਰੀਕੇ ਨਾਲ ਕਰਾਂਗੇ। ਔਰ ਸਤਿਗੁਰ ਨੇ ਕਿਰਪਾ ਕੀਤੀ, ਥੋੜ੍ਹੇ ਦਿਨਾਂ 'ਚ ਹੀ ਸਾਡਾ ਨੌਜਵਾਨ ਬਿਲਕੁਲ ਠੀਕ ਹੋ ਕੇ ਚੜ੍ਹਦੀ ਕਲਾ 'ਚ ਨਜ਼ਰ ਆਊਗਾ। ਜਿਹੜਾ ਸਾਡਾ ਮੁੰਡਾ ਪ੍ਰਿਤਪਾਲ ਸਿੰਘ ਖਨੌਰੀ ਬਾਰਡਰ ਤੋਂ ਉੱਥੋਂ ਦੇ ਅਰਧਕ ਸੈਨਿਕ ਫੋਰਸਾਂ ਜਾਂ ਪੁਲਿਸ ਨੇ ਚੱਕ ਕੇ ਰੋਹਤਕ PGI ਕਹਿੰਦਾ ਸੀ, ਆਪਣੀ ਡਿਊਟੀ ਲੱਗੀ ਸੀ ਬਲਦੇਵ ਸਿੰਘ ਸਿਰਸਾ ਸਾਹਿਬ ਦੀ, ਬੜੀ ਮਿਹਨਤ ਕਰਕੇ, ਹੋਰਨਾਂ ਵਕੀਲਾਂ ਨੇ ਵੀ ਸਾਡੀ ਮਿਹਨਤ ਕੀਤੀ ਆ, ਸਾਰਿਆਂ ਮਿਹਨਤ ਕਰਕੇ ਇਹਨੂੰ ਅੱਜ ਚੰਡੀਗੜ੍ਹ ਇੱਥੇ PGI ਰੈਫਰ ਕੀਤਾ। ਮੈਂ ਵੀ ਇੱਥੇ ਪਹੁੰਚਾ, ਸਾਨੀ ਸਾਹਿਬ ਪਹੁੰਚੇ, ਸਿਰਸਾ ਸਾਹਿਬ ਆ, ਉਹਨਾਂ ਦੀ ਮਾਤਾ ਜੀ ਵੀ ਇੱਥੇ ਹੈਗੇ ਨੇ, ਉਹਨਾਂ ਦੇ ਤਾਇਆ ਜੀ ਨੇ, ਉਹਨਾਂ ਦੇ ਭੂਆ ਜੀ ਨੇ, ਭੈਣ ਆ ਉਹਨਾਂ ਦੀ, ਅਤੇ ਸਾਰਾ ਪਰਿਵਾਰ ਇੱਥੇ ਆਇਆ ਹੋਇਆ। ਪ੍ਰਿਤਪਾਲ ਸਿੰਘ ਸਾਨੂੰ ਪੂਰੀ ਆਸਾ ਹੁਣ ਆਉਣ ਵਾਲੇ ਸਮੇਂ 'ਚ ਬਿਲਕੁਲ ਠੀਕ ਹੋਊਗਾ, ਵਧੀਆ ਹੋਊਗਾ। ਅਸੀਂ ਅੱਜ PGI ਡਾਇਰੈਕਟਰ ਨਾਲ ਵੀ ਗੱਲ ਕਰਾਂਗੇ, ਇੱਥੋਂ ਦੇ ਸੁਬਰਡੈਂਟ ਸਾਹਿਬ ਨਾਲ ਵੀ ਗੱਲ ਕੀਤੀ, ਉਹਦਾ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਅਸੀਂ ਵਧੀਆ ਤਰੀਕੇ ਨਾਲ ਕਰਾਂਗੇ। ਔਰ ਸਤਿਗੁਰ ਨੇ ਕਿਰਪਾ ਕੀਤੀ, ਥੋੜ੍ਹੇ ਦਿਨਾਂ 'ਚ ਹੀ ਸਾਡਾ ਨੌਜਵਾਨ ਬਿਲਕੁਲ ਠੀਕ ਹੋ ਕੇ ਚੜ੍ਹਦੀ ਕਲਾ 'ਚ ਨਜ਼ਰ ਆਊਗਾ। ਜਿਹੜਾ ਸਾਡਾ ਮੁੰਡਾ ਪ੍ਰਿਤਪਾਲ ਸਿੰਘ ਖਨੌਰੀ ਬਾਰਡਰ ਤੋਂ ਉੱਥੋਂ ਦੇ ਅਰਧਕ ਸੈਨਿਕ ਫੋਰਸਾਂ ਜਾਂ ਪੁਲਿਸ ਨੇ ਚੱਕ ਕੇ ਰੋਹਤਕ PGI ਕਹਿੰਦਾ ਸੀ, ਆਪਣੀ ਡਿਊਟੀ ਲੱਗੀ ਸੀ ਬਲਦੇਵ ਸਿੰਘ ਸਿਰਸਾ ਸਾਹਿਬ ਦੀ, ਬੜੀ ਮਿਹਨਤ ਕਰਕੇ, ਹੋਰਨਾਂ ਵਕੀਲਾਂ ਨੇ ਵੀ ਸਾਡੀ ਮਿਹਨਤ ਕੀਤੀ ਆ, ਸਾਰਿਆਂ ਮਿਹਨਤ ਕਰਕੇ ਇਹਨੂੰ ਅੱਜ ਚੰਡੀਗੜ੍ਹ ਇੱਥੇ PGI ਰੈਫਰ ਕੀਤਾ। ਮੈਂ ਵੀ ਇੱਥੇ ਪਹੁੰਚਾ, ਸਾਨੀ ਸਾਹਿਬ ਪਹੁੰਚੇ, ਸਿਰਸਾ ਸਾਹਿਬ ਆ, ਉਹਨਾਂ ਦੀ ਮਾਤਾ ਜੀ ਵੀ ਇੱਥੇ ਹੈਗੇ ਨੇ, ਉਹਨਾਂ ਦੇ ਤਾਇਆ ਜੀ ਨੇ, ਉਹਨਾਂ ਦੇ ਭੂਆ ਜੀ ਨੇ, ਭੈਣ ਆ ਉਹਨਾਂ ਦੀ, ਅਤੇ ਸਾਰਾ ਪਰਿਵਾਰ ਇੱਥੇ ਆਇਆ ਹੋਇਆ। ਪ੍ਰਿਤਪਾਲ ਸਿੰਘ ਸਾਨੂੰ ਪੂਰੀ ਆਸਾ ਹੁਣ ਆਉਣ ਵਾਲੇ ਸਮੇਂ 'ਚ ਬਿਲਕੁਲ ਠੀਕ ਹੋਊਗਾ, ਵਧੀਆ ਹੋਊਗਾ। ਅਸੀਂ ਅੱਜ PGI ਡਾਇਰੈਕਟਰ ਨਾਲ ਵੀ ਗੱਲ ਕਰਾਂਗੇ, ਇੱਥੋਂ ਦੇ ਸੁਬਰਡੈਂਟ ਸਾਹਿਬ ਨਾਲ ਵੀ ਗੱਲ ਕੀਤੀ, ਉਹਦਾ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਅਸੀਂ ਵਧੀਆ ਤਰੀਕੇ ਨਾਲ ਕਰਾਂਗੇ। ਔਰ ਸਤਿਗੁਰ ਨੇ ਕਿਰਪਾ ਕੀਤੀ, ਥੋੜ੍ਹੇ ਦਿਨਾਂ 'ਚ ਹੀ ਸਾਡਾ ਨੌਜਵਾਨ ਬਿਲਕੁਲ ਠੀਕ ਹੋ ਕੇ ਚੜ੍ਹਦੀ ਕਲਾ 'ਚ ਨਜ਼ਰ ਆਊਗਾ। ਜਿਹੜਾ ਸਾਡਾ ਮੁੰਡਾ ਪ੍ਰਿਤਪਾਲ ਸਿੰਘ ਖਨੌਰੀ ਬਾਰਡਰ ਤੋਂ ਉੱਥੋਂ ਦੇ ਅਰਧਕ ਸੈਨਿਕ ਫੋਰਸਾਂ ਜਾਂ ਪੁਲਿਸ ਨੇ ਚੱਕ ਕੇ ਰੋਹਤਕ PGI ਕਹਿੰਦਾ ਸੀ, ਆਪਣੀ ਡਿਊਟੀ ਲੱਗੀ ਸੀ ਬਲਦੇਵ ਸਿੰਘ ਸਿਰਸਾ ਸਾਹਿਬ ਦੀ, ਬੜੀ ਮਿਹਨਤ ਕਰਕੇ, ਹੋਰਨਾਂ ਵਕੀਲਾਂ ਨੇ ਵੀ ਸਾਡੀ ਮਿਹਨਤ ਕੀਤੀ ਆ, ਸਾਰਿਆਂ ਮਿਹਨਤ ਕਰਕੇ ਇਹਨੂੰ ਅੱਜ ਚੰਡੀਗੜ੍ਹ ਇੱਥੇ PGI ਰੈਫਰ ਕੀਤਾ। ਮੈਂ ਵੀ ਇੱਥੇ ਪਹੁੰਚਾ, ਸਾਨੀ ਸਾਹਿਬ ਪਹੁੰਚੇ, ਸਿਰਸਾ ਸਾਹਿਬ ਆ, ਉਹਨਾਂ ਦੀ ਮਾਤਾ ਜੀ ਵੀ ਇੱਥੇ ਹੈਗੇ ਨੇ, ਉਹਨਾਂ ਦੇ ਤਾਇਆ ਜੀ ਨੇ, ਉਹਨਾਂ ਦੇ ਭੂਆ ਜੀ ਨੇ, ਭੈਣ ਆ ਉਹਨਾਂ ਦੀ, ਅਤੇ ਸਾਰਾ ਪਰਿਵਾਰ ਇੱਥੇ ਆਇਆ ਹੋਇਆ। ਪ੍ਰਿਤਪਾਲ ਸਿੰਘ ਸਾਨੂੰ ਪੂਰੀ ਆਸਾ ਹੁਣ ਆਉਣ ਵਾਲੇ ਸਮੇਂ 'ਚ ਬਿਲਕੁਲ ਠੀਕ ਹੋਊਗਾ, ਵਧੀਆ ਹੋਊਗਾ। ਅਸੀਂ ਅੱਜ PGI ਡਾਇਰੈਕਟਰ ਨਾਲ ਵੀ ਗੱਲ ਕਰਾਂਗੇ, ਇੱਥੋਂ ਦੇ ਸੁਬਰਡੈਂਟ ਸਾਹਿਬ ਨਾਲ ਵੀ ਗੱਲ ਕੀਤੀ, ਉਹਦਾ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਅਸੀਂ ਵਧੀਆ ਤਰੀਕੇ ਨਾਲ ਕਰਾਂਗੇ। ਔਰ ਸਤਿਗੁਰ ਨੇ ਕਿਰਪਾ ਕੀਤੀ, ਥੋੜ੍ਹੇ ਦਿਨਾਂ 'ਚ ਹੀ ਸਾਡਾ ਨੌਜਵਾਨ ਬਿਲਕੁਲ ਠੀਕ ਹੋ ਕੇ ਚੜ੍ਹਦੀ ਕਲਾ 'ਚ ਨਜ਼ਰ ਆਊਗਾ।